ਹੰਦ ਦੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੂੰ ਸਾਜਦ ਰਿਜ਼ਵੀ ਵੱਲੋਂ ਸਲਾਮ ਤੇ ਸਤਿ ਸ੍ਰੀ ਅਕਾਲ ਉਮੀਦ ਕਰਨਾ ਵਾ ਸਾਰੇ ਪੰਜਾਬੀ ਭਰਾ ਖੈਰੀਅਤ ਨਾਲ ਹੋਣਗੇ ਤੇ ਸਜਣੋ ਤੇ ਬੇਲਿਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਈਦ ਤੇ ਈਸਟਰ ਦਾ ਮੌਸਮ ਹੈ ਔਰ ਅੱਗੇ ਰਮਜ਼ਾਨ ਸ਼ਰੀਫ ਵੀ ਆ ਰਿਹਾ ਹੈ ਔਰ ਮਸੀਹੀਆਂ ਦੇ ਰੋਜ਼ੇ ਚੱਲ ਰਹੇ ਨੇ ਅੱਜ ਮੈਂ ਮੌਜੂਦ ਹਾਂ مولانا ਸ਼ੌਕਤ ਅਲੀ ਰੋਡ ਅਕਬਰ ਅਲੀ ਚੌਕ ਦੇ ਕੋਲ ਕਟੌਨ ਗਾਰਮੈਂਟਸ ਤੇ ਤੇ ਆਪਾਂ ਗੱਲ ਕਰਨੇ ਆ ਉਹਨਾਂ ਦੇ ਸੇਲਜ਼ਮੈਨਸ ਔਰ ਉਹਨਾਂ ਦੇ ਮਾਲਕ ਨਾਲ ਨਾਜ਼ਰੀਨ ਮੇਰੇ ਨਾਲ ਅਹਿਮਦ ਸਲੀਮ ਮੌਜੂਦ ਨੇ ਔਰ ਉਹ ਸਾਨੂੰ ਦੱਸਣਗੇ ਕਿ ਕਿਹੜੀ ਕਿਹੜੀ ਚੀਜ਼ ਕਿਹੜੀ ਕਿਹੜੀ ਵੈਰਾਈਟੀ ਕਟਨ گارਮੈਂਟਸ ਦੇ ਉੱਤੇ ਮੌਜੂਦ ਹੈ ਔਰ ਉਹ ਕਿਹੜੇ ਕਿਹੜੇ ਲੋ ਖਰੀਦ ਸਕਦੇ ਨੇ ਸਫੈਦ ਪੋਸ਼ ਖਰੀਦ ਸਕਦੇ ਨੇ ਜਾਂ ਨਹੀਂ ਖਰੀਦ ਸਕਦੇ ਸਾਨੂੰ ਦੱਸਣਗੇ ਅਹਿਮ ਸਲੀਮ ਜੀ ਅਹਿਮ ਸਲੀਮ ਐ ਦੱਸੋਗੇ ਤੁਹਾਡੇ ਕੋਲ ਕਿਹੜੀ ਕਿਹੜੀ ਵੈਰਾਈਟੀ ਮੌਜੂਦ ਹੈ ਸ਼ੋਰੂਮ ਤੇ ਸਾਡੇ ਕੋਲ ਡਿਫਰੈਂਟ ਵੈਰਾਈਟੀਆਂ ਮੌਜੂਦ ਨੇ ਜਿਹੜੀ ਚਾਈਨਾ ਤੁਰਕੀ ਔਰ ਲੋਕਲ ਦਾ ਤੇ ਸਿਕਾਮੀ ਘੱਟ ਕਰਨੇ ਆ ਠੀਕ ਹੈ ਤੇ ਉਹਦੇ ਬਾਅਦ ਕਾਟਨ ਟਰੌਜ਼ਰ ਵਗੈਰਾ ਹੋਗੇ ਸ਼ਰਟਸ ਹੋ ਗਈਆਂ ਡਰੈਸ ਸ਼ਰਟ ਹੋ ਗਈ ਔਰ ਯੂਸੀ ਖਾਸ ਕਰਕੇ ਅਸੀਂ ਨਾ ਕੰਮ ਜ਼ਿਆਦਾ ਕਰ ਰਹੇ ਹਾਂ ਅੱਜਕੱਲ ਯੂਸੀ ਦੇ ਜਿਹੜੀ ਸ਼ਰਟ ਦੇ ਨਾ ਉਹ ਕਾਫੀ ਅੱਛੀ ਆ ਰਹੀਆਂ ਨੇ ਔਰ ਨੀਡ ਗਾਰਮੈਂਟਸ ਹੋ ਗਿਆ ਜਾਂ ਡਿਫਰੈਂਟ ਵੈਰਾਈਟੀ ਸਾਡੇ ਕੋਲ ਮੌਜੂਦ ਹੈ ਜਿਹੜੀ ਅਸੀਂ ਕਿ ਆਪਣੀ ਵੀ ਤਿਆਰ ਕਰਦੇ ਹਾਂ ਇਹ ਯੂਸੀ ਸ਼ਰਟ ਜਿਹੜੀ ਇਹ ਕੀ ਚੀਜ਼ ਹੈ ਯੂਸੀ ਅਲਟਰਾ ਕਲੱਬ ਬ੍ਰਾਂਡ ਹੈਗਾ ਉਹ ਔਰ ਉਹਦੀ ਨਾ ਫੈਬਰਿਕ ਜਿਹੜਾ ਹੁੰਦਾ ਉਹ ਇੰਪੋਰਟਡ ਹੁੰਦਾ ਹੈ ਇਹ ਤੁਹਾਡੇ ਪਿੱਛੇ ਲੱਗੀ ਹੈ ਇਹ ਦੇਖੋ ਇਹ ਯੂਸੀ ਦਾ ਕਪੜਾ ਹੈ ਇਹ ਦੇਖੋ ਇਹ ਪੀਕੇ ਕਪੜਾ ਹੈਗਾ ਪਰ ਕੰਪਨੀ ਯੂਸੀ ਇਹਦੇ ਵਿੱਚ ਕਾਟਨ ਵੀ ਆਉਂਦੀ ਹੈ ਪੀਕੇ ਵੀ ਹੁੰਦੀ ਪੀਕੇ ਇਸ ਤੋਂ ਬਾਅਦ ਇਹਨੂੰ ਕਹਿੰਦਾ ਕਿ ਇਹ ਇਹਦੇ ਵਿੱਚ ਹਵਾ ਕ੍ਰਾਸ ਹੁੰਦੀ ਰਹਿੰਦੀ ਹੈ ਯਾਨੀ ਕਿ ਇਹ ਸਮਰ ਵਾਸਤੇ ਆ ਜੀ ਇਹ ਸਮਰ ਵਾਸਤੇ ਆ ਨਾਜ਼ਰੀਨ ਇਹ ਤੁਸੀਂ ਸ਼ਰਟ ਦੇਖ ਰਹੇ ਹੋ ਇਹ ਯੂਸੀ ਸ਼ਰਟ ਹੈ ਜਿਹੜੀ ਕਟਨ ਗਾਰਮੈਂਟਸ ਤੇ ਮੌਜੂਦ ਹੈ ਮੈਂ ਅਹਿਮਦ ਭਾਈ ਨੂੰ ਪੁੱਛਣਾ ਹੈ ਕਿ ਇਹਦੇ ਜਿਹੜੇ ਪ੍ਰਾਈਸ ਨੇ ਲੈਵਲ ਤੇ ਨੇ ਮੈਂ ਵੀ ਲੈ ਸਕਣਾ ਜਾਂ ਨਹੀਂ ਜੀ ਅਹਿਮਦ ਸਾਹਿਬ ਜੀ ਇਹ ਫੁੱਲ ਮਨਾਸਿਬ ਪ੍ਰਾਈਸ ਹੈ ਔਰ ਲੈਵਲ ਦੀ ਹੈ ਜਿੰਨ ਜਿਹੜੀ ਅਮੀਰ ਵੀ ਔਰ ਗਰੀਬ ਵੀ ਕੋਈ ਵੀ ਖਰੀਦ ਸਕਦਾ ਹੈ ਕੋਈ ਵੀ ਇਹਨੂੰ ਖਰੀਦ ਸਕਦਾ ਹੈ ਅੱਛਾ ਇਹ ਦੱਸੋ ਅੱਗੇ ਇਸਟਰ ਆ ਰਿਹਾ ਇਸਟਰ ਸਪੈਸ਼ਲ ਕੀ ਆ ਤੁਹਾਡੇ ਕੋਲ ਇਸਟਰ ਸਪੈਸ਼ਲ ਸਾਡੇ ਕੋਲ ਸ਼ਰਟਸ ਟਰਾਊਜ਼ਰ ਔਰ ਕਾਟਨ ਪੈਂਟ ਖਾਸ ਕਰਕੇ ਜ਼ਾਰਾ ਮਹਿੰਦੀ ਜਿਹੜੀ ਸਟ੍ਰੈਚੇਬਲ ਵੀ ਹੈ ਔਰ ਉਹਦਾ ਫੈਬਰਿਕ ਜਿਹੜਾ ਨਾ ਬਹੁਤ ਅੱਛਾ ਹੈਗਾ ਔਰ ਹਰ ਸਾਲ ਔਰ ਸਾਡੇ ਕੋਲ ਪੈਂਟ ਆਂਦੀ ਹੈ ਔਰ ਉਹਦੀ 1% ਵੀ ਕੰਪਲੇਨ ਨਹੀਂ ਹੈ ਅੱਛਾ ਬੱਚਿਆਂ ਦਾ ਵੀ ਤੁਹਾਡੇ ਕੋਲ ਮਟੀਰੀਅਲ ਹੈ ਬੱਚਿਆਂ ਦੀ ਵੀ ਜੀ ਸਰ ਬੱਚਿਆਂ ਦਾ ਵੀ ਸਾਡੇ ਕੋਲ ਮਟੀਰੀਅਲ ਹੈ ਬੱਚਿਆਂ ਦੀ ਵੀ ਸਮਰ ਦੀ ਸ਼ਰਟਸ ਵਗੈਰਾ ਪੈਂਟ ਹੋ ਗਿਆ ਜਾਂ ਕਾਟਨ ਟਰਾਊਜ਼ਰ ਵਗੈਰਾ ਹੋ ਗਏ ਇਹ ਵੀ ਖਾਸ ਕਰਕੇ ਸਾਡੇ ਕੋਲ ਆਂਦੀ ਹੈ ਚਮਿੰਦ ਭਾਈ ਇਹ ਜਿਹੜਾ ਟਰੌਜ਼ਰ ਲੱਗਾ ਹੋਇਆ ਹੈ ਇਹ ਕੀ ਚੀਜ਼ ਹੈ ਇਹ ਚਾਇਨਾ ਫੈਬ੍ਰਿਕ ਹੈਗਾ ਇੰਪੋਰਟਡ ਇਹ ਕਾਟਨ ਔਰ ਪੋਲੀਐਸਟਰ ਮਿਕਸ ਹੈਗਾ ਇਹਦੇ ਵਿੱਚ ਸਾਨੂੰ ਗਰਮੀ ਨਹੀਂ ਲੱਗਦੀ ਔਰ ਪਰਸੀਨਾ ਵੀ ਨਹੀਂ ਆਉਂਦਾ ਨਾ ਇਹਦੇ ਵਿੱਚ ਪਰਸੀਨੇ ਦੀ ਸਮੈਲ ਆਂਦੀ ਇਹ ਹਰ ਸਾਲ ਆਂਦਾ ਹੈ ਇਹ ਕਲਰ ਫੇਡ ਬੁਰ ਔਰ ਕਪੜੇ ਦੀ ਗਾਰੰਟੀ ਹੈਗੀ ਇਹ ਗਰਮੀ ਵਾਸਤੇ ਹੈ ਇਹ ਖਾਸ ਗਰਮੀ ਵਾਸਤੇ ਹੈ ਲੇਕਿਨ ਇਹ ਦੇ ਮੋਟਾ ਹੈਗਾ ਇਹ ਮੋਟਾ ਇਸ ਵਾਸਤੇ ਲੱਗਦਾ ਹੈਗਾ ਕਿ ਇਹ ਕਾਟਨ ਔਰ ਪੋਲੀਐਸਟਰ ਮਿਕਸ ਹੈ ਇਹਦੇ ਵਿੱਚ ਸਾਨੂੰ ਗਰਮੀ ਨਹੀਂ ਲੱਗਦੀ ਇਹ ਕੂਲ-ਕੂਲ ਰਹਿੰਦਾ ਹੈ ਨਾਜ਼ਰੀਨ ਕਟਨ گارਮੈਂਟਸ ਤੇ ਉੱਤੇ ਬਹੁਤ ਸਾਰੀ ਵੈਰਾਈਟੀ ਹੈ ਬਹੁਤ ਸਾਰੀ ਵੈਰਾਈਟੀ ਹੈ ਅਗਰ ਮੈਂ ਸਾਰੀ ਵੈਰਾਈਟੀ ਤੁਹਾਨੂੰ ਵਖਾਨ ਲੱਗ ਪਿਆ ਤੇ ਇੱਥੇ ਰਾਤ ਬਹਿ ਜਾਏਗੀ ਤੇ ਤੁਹਾਨੂੰ ਇਹ ਆਪ ਵਿਜ਼ਿਟ ਕਰਨੀ ਪੈਗੀ ਅਸੀਂ ਜ਼ੈਨੁਲ阿ਬਦੀਨ ਭਾਈ ਨਾਲ ਗੱਲ ਕਰਾਂਗੇ ਤੇ ਉਹਨਾਂ ਕੋਲੋਂ ਐਡਰੈਸ ਵੀ ਪੁੱਛਾਂਗੇ ਅੱਛਾ ਅਹਿਮਦ ਭਾਈ ਇਹ ਪੈਂਟਾਂ ਬੜੀਆਂ ਵਧੀਆ ਵਧੀਆ ਪਈਆਂ ਲੱਗਦੀਆਂ ਨੇ ਇਹ ਕਿਹੜਾ ਬ੍ਰਾਂਡ ਹੈ ਔਰ ਕੀ ਚੀਜ਼ ਹੈ ਇਸਾਰਾਮਨ ਔਰ ਮਾਈ ਲਾਈਫ ਦੀ ਪੈਂਟ ਹੈ ਸੱਚੇ ਬਲੇਆ ਔਰ ਕੋਟਨ ਹੈ 100% ਇਹ ਕਲਰ ਫੇਡ ਦੀ ਗਰੰਟੀ ਹੈ ਦੀ ਔਰ ਇਹਦੇ ਉੱਤੇ ਜਿਹੜਾ ਕਹਿੰਦੇ ਨੇ ਨਾ ਲੋਕ ਧਾਗਾ ਧਾਗਾ ਜਿਆ ਆ ਰਹੇ ਨੇ ਉਹ ਕੁਝ ਵੀ ਨਹੀਂ ਆਏਗਾ ਜਿਵੇਂ ਬੋਰ 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 ਵੀ ਤੇ ਉਹ ਕਹਿੰਦੇ ਨੇ ਜਿਸ ਡਰਫ ਹੋਈ ਜਾਂ ਡਸਟ ਪੈ ਗਈ ਕੁਝ ਵੀ ਨਹੀਂ ਹੈ ਡਸਟ ਕੈਚਰ ਨਹੀਂ ਹੈ ਇਸਟੈਚੇਬਲ ਹੈ 터ਕਿਸ਼ ਫੈਬ੍ਰਿਕ ਹੈ ਅਰ ਸਾਡੇ ਕੋਲ ਹਰ ਸਾਲ ਆਂਦੀ ਹੈ ਇਸ ਆਪਾ ਉਹਨੂੰ ਆਫਿਸ ਵੇਅਰ ਵੀ ਔਰ ਜਿਸ ਤਰ੍ਹਾਂ ਮਰਜ਼ੀ ਇਸਤੇਮਾਲ ਕਰ ਸਕਦੇ ਆਂ ਨਾਜ਼ਰੀਨ ਅਗਰ ਮੇਰਾ ਕੈਮਰਾਮੈਨ ਵਖਾ ਸਕੇ ਤੇ ਇਹ ਦੇਖੋ ਇਹਦੀ ਸਟੀਚ ਜਿਹੜੀ ਹੈ ਉਹ ਬਹੁਤ ਅੱਛੀ ਹੈ ਔਰ ਇਹ ਪੈਂਟ ਦੇਖੋ ਬੜੀ ਜ਼ਬਰਦਸਤ ਚੀਜ਼ ਬਣੀ ਹੋਈ ਹੈ ਔਰ ਇਹ ਦਿਨ ਦਿਹਾੜ ਦੇ ਉੱਤੇ ਵੀ ਪਾਣ ਵਾਲੀ ਜੇ ਔਰ ਜਿਹੜੀ ਹੈ ਨਾ ਆਫਿਸ ਦੇ ਵਿੱਚ ਵੀ ਇਹ ਪਾਣ ਵਾਲੀ ਜੇ ਸਟੀਚਿੰਗ ਦੇਖ ਲਓ ਉਹ ਕੈਸੀ ਚੀਜ਼ ਹੈ ਇਹਦੀਆਂ 6 ਪਾਕਟ ਹੈ ਸੋਰੀ 4 ਪਾਕਟ ਹੈ ਔਰ ਬੜੀ ਜ਼ਬਰਦਸਤ ਚੀਜ਼ ਜੇ ਹੈ ਉਹ ਬੜਾ ਅੱਛਾ ਬ੍ਰਾਂਡ ਹੈ ਕਿਹੜਾ ਬ੍ਰਾਂਡ ਹੈ ਜੀ ਇਹ ਜ਼ਾਰਾਮਨ ਇਸ ਜ਼ਾਰਾਮਨ ਬ੍ਰਾਂਡ ਜੇ ਨਾਜ਼ਰੀਨ ਔਰ ਇਹਨੂੰ ਖਰੀਦਣ ਲਈ ਤੁਹਾਨੂੰ ਕਟਨ ਗਾਰਮੈਂਟਸ ਤੇ ਆਣਾ ਪਏਗਾ ਅੱਛਾ ਜੀ ਹੋਰ ਕੋਈ ਵੈਰਾਈਟੀ ਵਿਖਾਓਗੇ ਇੰਨੇ ਵਿੱਚ ਸਾਡੇ ਕੋਲ ਮਾਈ ਲਾਈਫ ਦੀ ਵੀ ਹੈ ਜ਼ਾਰਾ ਮੈਨ ਔਰ ਮਾਈ ਲਾਈਫ ਇਹ ਦੋ ਵੈਰਾਈਟੀਆਂ ਨੇ ਸਾਡੇ ਕੋਲ ਅੱਛਾ ਇਹ ਵੀ ਉਹੀ ਕਪੜਾ ਹੈ ਉਹੀ ਕਪੜਾ ਹੈ 100% ਕਪੜੇ ਦੀ ਗਾਰੰਟੀ ਹੈ ਠੀਕ ਹੈ ਇਹਦੇ ਵਿੱਚ 38 ਵੇਜ ਤੱਕ ਸਟੈਚੇਬਲ ਹੈ 38 ਵੇਜ ਤੱਕ इजीली ਅਸੀਂ ਯੂਜ਼ ਕਰ ਸਕਦੇ ਆ ਯਾਨੀ ਕਿ ਮੇਰੇ ਵਰਗੇ ਭਰਾ ਵੀ ਇਹ ਲੈ ਸਕਦੇ ਨੇ ਜੀ ਯਾਨੀ ਕਿ 38 ਹੈ ਮੇਰੀ 36 ਹੈ ਨਾਜ਼ਰੀਨ ਇਹ ਮੇਰੇ ਵਰਗੇ ਭਰਾ ਵੀ ਇਹ ਖਰੀਦ ਸਕਦੇ ਨੇ ਔਰ ਇਹ ਵੀ ਦੇਖੋ ਇਹ ਕਿਹੜਾ ਤਾਂ ਕਪੜਾ ਦੱਸਿਆ ਜੀ ਜੀ ਕੋਟਨ 100% ਕੋਟਨ ਹੈ ਔਰ ਕੋਟਨ 100% ਨਾਜ਼ਰੀਨ ਕੋਟਨ ਹੈ ਨਾਜ਼ਰੀਨ ਮੈਂ ਮਾਫਰ ਚਾਹਨਾ ਕਿਉਂਕਿ ਕਪੜੇ ਦੀ ਸੈਟਿੰਗ ਕਰ ਰਹੇ ਆ ਪੈਂਟ ਵਗੈਰਾ ਸ਼ਰਟ ਵਗੈਰਾ ਪਕੜ ਰਿਹਾ ਇਸ ਵਾਸਤੇ ਮਾਈਕ ਦਾ ਜਰਾ ਸਹੀ ਇਸਤੇਮਾਲ ਨਹੀਂ ਹੋ ਰਿਹਾ ਅੱਛਾ ਜੀ ਇਹਦੇ ਬਾਰੇ ਜਿਹੜਾ ਇਹ ਜਿਹੜੀ ਇਹਦੀ ਪ੍ਰਾਈਸ ਹੈ ਉਹ ਕਿੰਨੀ ਕਹਿ ਗਈ ਹੈ ਇਹਦੀ ਬਿਲਕੁਲ ਮناسب ਪ੍ਰਾਈਸ ਹੈ ਅਸੀਂ ਇਹਨੂੰ 1800 ਦੇ ਵਿੱਚ ਖਰੀਦ ਸਕਦੇ ਹਾਂ ਸਿਰਫ ਜੀ ਇਹ 1800 ਰੁਪਏ ਦੀ ਪੈਂਟ ਐਡੇ ਵੱਡੇ ਬ੍ਰਾਂਡ ਦੀ ਜੀ ਸਿਰਫ 1800 ਕਿਉਂਕਿ ਇਹ ਅਗਰ ਇਹ ਪੈਟਰਨ ਲਿਵਾਇਸ ਆਊਟਫਿਟਰ ਐਡਵਨ ਜੋ ਵੀ ਬਣਾਏ ਇਹ 4 ਤੋਂ 5000 ਤੋਂ 4500 ਤੋਂ ਘੱਟ ਪੈਂਟ ਨਹੀਂ ਹੈ ਅਹਿਮਦ ਭਾਈ ਇਹ ਰਹਿ ਕੇ ਡਰੈਸ ਸ਼ਰਟਸ ਦਾ ਇਹਨਾਂ ਦੇ ਵਿੱਚ ਕਿਹੜੀ ਕਿਹੜੀ ਵੈਰਾਈਟੀ ਮੌਜੂਦ ਹੈ ਇਹਨਾਂ ਦੇ ਵਿੱਚ ਡਿਫਰੈਂਟ ਵੈਰਾਈਟੀ ਮੌਜੂਦ ਹੈ कॉटन ਹੋ ਗਿਆ ਜਾਂ 100% ਜ਼ਿਆਦਾਤਰ ਸਾਡੇ ਕੋਲ कॉटन ਹੀ ਹੈ ਸਾਡੇ ਕੋਲ ਇਹਦੇ ਵਿੱਚ ਦੋ ਕੰਪਨੀਆਂ ਨੇ ਇੱਕ ਰਿਲੈਕਸ ਔਰ ਇੱਕ ਪਿੰਕ ਸਟ੍ਰਿਪ ਅੱਛਾ ਇੱਕ कॉटन ਦੇ ਵਿੱਚ ਇੱਕ ਦੇ ਵਿੱਚ ਤਾਰ ਫਿਰੀ ਹੁੰਦੀ ਪਲਾਸਟਿਕ ਦੀ ਇਹ ਉਹ ਤਾਂ ਨਹੀਂ 100% ਕਵਾਟਨ ਹੈ ਔਰ ਕਪੜਾ ਸ਼ਲਿੰਗ ਦੀ ਗਾਰੰਟੀ ਹੈ ਕਪੜਾ ਸ਼ਲਿੰਗ ਹੋਇਆ ਜਾਂ ਉਹਦੇ ਦੇ ਯਾਨੀ ਕਿ ਕਈ ਵਾਰ ਹੁੰਦਾ ਕਲਰ ਫੇਡ ਹੋ ਜਾਂਦਾ ਉਹ ਕੁਝ ਵੀ ਨਹੀਂ ਆਏਗਾ ਨੂੰ ਦਿਖਾਓਗੇ ਮੈਨੂੰ ਕੋਈ ਵੈਰਾਈਟੀ ਵੈਰਾਈਟੀ ਦੇਖ ਲਓ ਇਹ ਯਾਨੀ ਕਿ ਪਿੰਚ ਸਟ੍ਰਿਪ ਦਾ ਬ੍ਰਾਂਡ ਹੈ ਪਿੰਚ ਸਟ੍ਰਿਪ ਹੈਗੀ ਹੈ ਔਰ ਇਹ ਜਿਹੜੀ ਤੁਹਾਨੂੰ ਤੁਸੀਂ ਪਿੰਚ ਸਟ੍ਰਿਪ ਦਾ ਨਾਮ ਤੇ ਸੁਣਿਆ ਹੀ ਹੋਵੇਗਾ ਜੀ ਜੀ ਬਿਲਕੁਲ ਬਹੁਤ ਵੱਡਾ ਬ੍ਰਾਂਡ ਹੈ ਉਹਦੇ ਵਿੱਚ ਕੋਟ ਵਗੈਰਾ ਵੀ ਆਉਂਦੇ ਨੇ ਤੇ ਇਹ ਡਰੈਸ ਸ਼ਰਟ ਹੈਗੀ ਪਿੰਚ ਸਟ੍ਰਿਪ ਆਪਣੀ ਯਾਨੀ ਕਿ ਕੰਪਨੀ ਦੀ ਔਰ ਇਹ ਤੁਸੀਂ ਹੱਥ ਲਾ ਕੇ ਦੇਖ ਸਕਦੇ 100% ਕਾਟਨ ਹੈ ਤੇ ਇਹ ਤੇ ਬਹੁਤ ਮਹਿੰਗਾ ਬ੍ਰਾਂਡ ਹੋਵੇਗਾ ਨਾ ਨਹੀਂ ਨਹੀਂ ਇਹ ਕੁਝ ਮناسب ਰੇਟ ਸਿਰਫ ਮناسب ਰੇਟ ਹੈ ਬਾਹਰ ਮਹਿੰਗਾ ਹੋਏਗਾ ਲੇਕਿਨ ਤੁਹਾਡੇ ਕੋਟਨ ਤੇ ਸਸਤਾ ਹੈ ਜੀ ਬਿਲਕੁਲ ਮناسب ਰੇਟ ਬਾਹਰ ਨਾਲੋਂ ਸਸਤਾ ਬਾਹਰ ਨਾਲੋਂ ਸਸਤਾ ਹੈ ਨਾਜ਼ਰੀਨ ਇਹ ਪਿੰਕਸਟਿਕ ਦੀ ਸ਼ਰਟ ਹੈ कॉटन ਸ਼ਰਟ ਹੈ 100% ਜਿਹੜੀ ਇਹ ਉਹ कॉटन ਹੈ ਔਰ ਅਹਿਮਦ ਭਾਈ ਇਹ ਇਸ ਬਾਰੇ ਦੱਸ ਰਹੇ ਨੇ ਕਿ ਇਹ ਬਹੁਤ ਅੱਛੀ ਚੀਜ਼ ਹੈ ਔਰ ਹਰ ਸਾਈਜ਼ ਦੇ ਵਿੱਚ دستیاب ਹੈ ਮੋਟੇ ਲਈ ਛੋਟੇ ਲਈ ਸਭ ਲਈ ਇਹ دستیاب ਹੈ ਅਮਰਤ ਭਾਈ ਆਪਣੇ ਕੋਲ ਕੈਜੂਅਲ ਸ਼ਰਟਸ ਵੀ ਮੌਜੂਦ ਨੇ ਜੀ ਸਾਡੇ ਕੋਲ ਕੈਜੂਅਲ ਸ਼ਰਟਸ ਵੀ ਮੌਜੂਦ ਨੇ ਟੈਂਡੈਂਸੀ ਬ੍ਰਾਂਡ ਦੀਆਂ ਜਿਹੜੀ ਹਰ ਸਾਲ ਆਉਂਦੀ ਹੈ 터ਕਿਸ਼ ਕਪੜਾ ਹੁੰਦਾ ਹੈ ਔਰ ਉਹ ਬਿਲਕੁਲ ਬਿਲਕੁਲ ਖਰਾਬ ਨਹੀਂ ਹੁੰਦੀ 100% ਉਹਦੀ ਵੀ ਗਾਰੰਟੀ ਹੈ ਤੁਹਾਡੇ ਪਿੱਛੇ ਲੱਗੀ ਹੈ ਆ ਦੇਖੋ ਟੈਂਡੈਂਸੀ ਬ੍ਰਾਂਡ ਟੈਂਡੈਂਸੀ ਹੈ ਔਰ ਇਹ ਦੇਖ ਲੋ ਪਲੇਨ ਕਲਰ ਵੀ ਇੰਦੇ ਚ ਮਿਲ ਜਾਣਗੇ ਡਿਫਰੈਂਟ ਡਿਜ਼ਾਈਨ ਵੀ ਮਿਲ ਜਾਣਗੇ ਇਹਦੇ ਵਿੱਚ ਇਹਦੇ ਵਿੱਚ ਸਾਡੇ ਕੋਲ ਹਾਫ ਬਾਜ਼ੂ ਵੀ ਆਉਂਦੀ ਹੈ ਕੈਜੂਅਲ ਹੁੰਦੀ ਹੈ 100% ਕਾਟਨ ਹੈ ਉਹ ਵੀ ਇਹ ਕਹਿੰਦੇ ਨੇ ਕਈ ਮੇਰੇ ਭਰਾ ਸਮਝ ਰਹੇ ਹੋਣਗੇ ਕਿ ਲੀਲਾ ਵਗ ਆ ਗਰਮੀ ਦੇ ਵਿੱਚ ਸਸੀਂ इजीली ਯੂਜ਼ ਕਰ ਸਕਦੇ ਆ ਬਿਲਕੁਲ ਕਟਨੇ ਬਿਲਕੁਲ ਕਟਨੇ ਇਹਦੇ ਵਿੱਚ ਡਿਫਰੈਂਟ ਕਲਰਸ ਹੈਗੇ ਨੇ ਸਾਡੇ ਕੋਲ ਜਿਸ ਤਰ੍ਹਾਂ ਗ੍ਰੀਨ ਹੋ ਗਿਆ ਬਲੂ ਰੈਡ ਮਹਿਰੂਨ ਜਿਹੜਾ ਕਲਰ ਮੇਰੇ ਭਰਾ ਕਹਣਗੇ ਉਹ ਮੌਜੂਦ ਹੈ ਸਾਡੇ ਕੋਲ ਅਹਿਮਦ ਭਾਈ ਤੁਹਾਡੇ ਕੋਲ ਅੰਡਰ گارਮੈਂਟਸ ਵੀ ਮੌਜੂਦ ਨੇ ਜੀ ਜੀ ਸਾਡੇ ਕੋਲ ਅੰਡਰ گارਮੈਂਟਸ ਵੀ ਮੌਜੂਦ ਨੇ ਮਾਈ ਸਕਿਨ ਕੰਪਨੀ ਦੇ ਔਰ ਉਹ ਹਰ ਕੋਈ ਵੀ ਕੰਪਨੀ ਨਾ ਕੈਪਟਨ ਹੋ ਗਿਆ ਐਲਵਾਈ ਸੇ ਐਡਵਾਂਸ ਕੁਛ ਵੀ ਨਹੀਂ ਕੋਈ ਉਹਨੂੰ ਕਰਾਸ ਨਹੀਂ ਕਰ ਸਕਦੀ ਦਿਖਾਓਗੇ ਜੀ ਜੀ ਜ਼ਰੂਰ ਦੇਖ ਲਓ ਮਾਈ ਸਕਿਨ ਕੰਪਨੀ ਦੀ ਵੈਸਟ ਏ ਠੀਕ ਹੈ ਔਰ ਆਹ ਦੇਖੋ 100% ਹੈਵੀ ਕਾਟਨ ਦਾ ਕਪੜਾ ਸ਼ਿਲਿੰਗ ਹੋਇਆ ਹੈ ਇਹਦੇ ਵਿੱਚ ਸਾਡੇ ਕੋਲ ਬਲੈਕ ਕਲਰ ਵੀ ਮੌਜੂਦ ਹੈ ਔਰ ਅੰਡਰ ਗਾਰਮੈਂਟ ਦੇ ਵਿੱਚ ਜਿਵੇਂ ਬਾਕਸਰ ਹੋ ਗਿਆ ਜਾਂ ਇਹ ਦੇਖੋ ਆਹ ਦੇਖੋ ਆ ਬਾਕਸਰ ਹੈਗੇ ਨੇ ਸਾਡੇ ਇਹ ਵੀ ਮਾਈ ਸਕਿਨ ਦੇ ਇਹਦੇ ਵਿੱਚ ਅਸੀਂ 44 ਵੇਸ 46 ਵੇਸ ਜੋ ਮੇਰੇ ਭਰਾ ਕਹਿੰਦੇ ਨਹੀਂ ਮਿਲਦੇ ਉਹਨਾਂ ਵਾਸਤੇ ਵੀ ਮੌਜੂਦ ਹੈ احمد ਭਾਈ ਇਹ ਦੱਸੋ ਕਿ ਇਹ ਸਾਰਾ ਕੁਝ ਜੈਂਟਸ ਹੈ ਕਿ ਖਵਤੀਆਂ ਵਾਸਤੇ ਵੀ ਲੇਡੀਜ਼ ਵੀ ਹੈ ਇਹ ਸਾਰਾ ਕੁਝ ਯੂਨੀਸੈਕਸ ਹੈ ਜਿਹੜੇ ਲੇਡੀਜ਼ ਵੀ ਇਸਤੇਮਾਲ ਕਰ ਸਕਦੇ ਨੇ ਜੈਂਟਸ ਜਿਹੜਾ ਮੈਂ ਤੁਹਾਨੂੰ ਚਾਇਨਾ ਟਰੌਜ਼ਰ ਦਿਖਾਇਆ ਹੈ ਉਹਨੇ ਉਹ ਅਸੀਂ ਲੇਡੀਜ਼ ਵੀ ਇਸਤੇਮਾਲ ਕਰ ਸਕਦੇ ਨੇ ਜੈਂਟਸ ਵੀ ਇਸਤੇਮਾਲ ਕਰ ਸਕਦੇ ਨੇ ਜਿਸ ਤਰ੍ਹਾਂ ਕਾਟਨ ਟਰੌਜ਼ਰ ਵੀ ਹੋ ਗਿਆ ਸਾਡੇ ਕੋਲ ਜੀਨਸ ਪੈਂਟ ਵੀ ਮੌਜੂਦ ਨੇ ਜਿਹੜੇ ਕਿ ਯੂਨੀਸੈਕਸ ਇਸਤੇਮਾਲ ਹੋ ਸਕਦੀ ਹੈ ਯਾਨੀ ਕਿ ਮੇਰੇ ਭੈਣ ਤੇ ਭਰਾ ਦੋਵੇਂ ਹੀ ਇੱਥੇ ਪਰਚੇਜ਼ਿੰਗ ਕਰ ਸਕਦੇ ਨੇ ਜੀ ਜੀ ਦੋਵੇਂ ਪਰਚੇਜ਼ਿੰਗ ਕਰ ਸਕਦੇ ਨੇ ਅਹਿਮਦ ਭਾਈ ਤੁਹਾਡੇ ਨਾਲ ਗੱਲ ਕਰਕੇ ਬਹੁਤ ਮਜ਼ਾ ਆਇਆ ਤੁਹਾਡਾ ਬਹੁਤ ਸ਼ੁਕਰੀਆ 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 ਸਰ ਤੁਹਾਡਾ ਕਿ ਤੁਸੀਂ ਇੱਧਰ ਸਾਡਾ ਇੰਟਰਵਿਊ ਲੈਣ ਆਏ ਸਾਡੀ ਦੁਕਾਨ ਦਾ ਬਹੁਤ ਸ਼ੁ ਨਾਜ਼ਰੀਨ ਤੇ ਹੁਣ ਅਸੀਂ ਚੱਲਨੇ ਆ ਜ਼ੈਨੁਲ ਆਬਦੀਨ ਭਾਈ ਵੱਲ ਉਹਨਾਂ ਨੂੰ ਪੁੱਛਨੇ ਆ ਕਿ ਇਹ ਦੁਕਾਨ ਤੁਸੀਂ ਕਿਵੇਂ ਔਰ ਕਿਉਂ ਬਣਾਈ ਇੰਨਾ ਪੜ ਲਿਖ ਕੇ ਤੁਸੀਂ ਇੱਕ ਦੁਕਾਨ ਹੀ ਬਣਾਣੀ ਸੀ ਉਹਨਾਂ ਨੂੰ ਪੁੱਛਨੇ ਆ ਚੱਲ ਕੇ ਚਲੋ ਆਓ ਚੱਲਨੇ ਆ ਜ਼ੈਨੁਲ ਆਬਦੀਨ ਭਾਈ ਵੱਲ ਤੇ ਨਾਜ਼ਰੀਨ ਮੇਰੇ ਨਾਲ ਮੌਜੂਦ ਨੇ ਦੁਕਾਨ ਦੇ ਮਾਲਕ ਜ਼ੈਨੁਲ ਆਬਦੀਨ ਔਰ ਉਹਨਾਂ ਨੇ ਇਹ ਬਿਜ਼ਨਸ ਕਿਉਂ ਸ਼ੁਰੂ ਕੀਤਾ ਪੜ ਕੇ ਕੋਈ ਜੌਬ ਕਿਉਂ ਨਹੀਂ ਕੀਤੀ ਆਓ ਉਹਨਾਂ ਨੂੰ ਪੁੱਛਨੇ ਆ ਜੀ ਅਸਲਾਮੁਅਲੈਕਮ ਵਾਲੇਕਮ ਸਲਾਮ ਕੀ ਹਾਲ ਹੈ ਜੀ ਤੁਹਾਡਾ ਸਰ ਸ਼ੁਕਰ ਅਲਹੁ ਅੰਦਰ ਰਹਾ ਦੁਆਵਾਂ ਦਾ ਅੱਛਾ ਜੀ ਇਹ ਕਟਨ ਗਰਮੈਂਟਸ ਜਿਹੜੀ ਇਹ ਇਹ ਬਣਾਉਣ ਦਾ ਤੁਹਾਡਾ ਕੀ ਮਕਸਦ ਹੈ ਮੈਂ ਬੇਸਿਕਲੀ ਬੀਕਾਮ ਕੀਤਾ ਤੇ ਉਹਦੇ ਬਾਅਦ ਮੈਂ ਜੋਬ ਵਾਸਤੇ ਅਪਲਾਈ ਕੀਤਾ ਤੇ ਜੋਬ तकरीबन ਕੋਈ 20 25000 30000 ਤੱਕ ਦੀ ਮੈਨੂੰ ਜੋਬ ਮਿਲ ਵੀ ਰਹੀ ਸੀ ਠੀਕ ਹੈ ਤੇ ਬੈਂਕ 'ਚ ਵੀ ਅਪਲਾਈ ਕੀਤਾ ਬੈਂਕ 'ਚ ਵੀ ਮਿਲ ਗਈ ਸੀ ਲੇਕਿਨ ਮੇਰਾ ਮਕਸਦ ਜੋਬ ਨਹੀਂ ਸੀ ਮੈਂ ਕਹਿ ਰਿਹਾ ਸੀ ਕਿ ਮੇਰਾ ਕੋ ਆਪਣਾ ਕਾਰੋਬਾਰ ਹੋਣਾ ਚਾਹੀਦਾ ਸਾਡੀ ਫੈਮਿਲੀ 'ਚ ਕਿਸੇ ਨੇ ਕਾਰੋਬਾਰ ਨਹੀਂ ਕੀਤਾ ਤੇ ਅਸੀਂ ਕਹਿੰਦੇ ਸੀ ਕਿ ਯਾਰ ਮੇਰਾ ਕੋਈ ਕਾਰੋਬਾਰ ਹੋਵੇ ਤੇ ਮਜ਼ਾ ਆਵੇ ਕੰਮ ਕਰਨ ਦਾ ਕੋਈ ਮਜ਼ਾ ਆਵੇ ਕੋਈ ਲ ਸਾਰੀ ਦੁਨੀਆ ਕਾਰੋਬਾਰ ਕਰ ਰਹੀ ਹੈ अच्छा जी इससे पहले भी ਤੁਸੀਂ ਕੋਈ ਹੋਰ ਵੀ ਕਾਰੋਬਾਰ ਕੀਤਾ ਹੈ ਬੀਕਾਮ ਕੀਤਾ ਹੈ ਨਾ ਤੁਸੀਂ ਬੀਕਾਮ ਕਰਨ ਤੋਂ ਬਾਅਦ ਤੁਸੀਂ ਹੋਰ ਵੀ ਕੋਈ ਕਾਰੋਬਾਰ ਕੀਤਾ ਕਿ ਸਿੱਧਾ ਕਟਨ ਗਾਰਮੈਂਟਸ ਹੀ ਬਣਾ ਦਿੱਤੇ ਨਹੀਂ 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 ਮੈਂ तकरीबन ਪਹਿਲੇ ਇੱਕ ਦੋਸਤ ਹੀ ਉਹਨਾਂ ਦੇ ਲਾਈਟਸ ਆਂਦੀ ਸੀ ਪਰੋਂ ਉਹਨਾਂ ਦੀ ਡਾਟਾ ਐਂਟਰੀ ਕਰਦਾ ਸੀ ਠੀਕ ਹੈ ਉਹ ਉਹ ਕੰਮ ਸਿੱਖਿਆ ਉਹ ਨਹੀਂ ਮੈਨੂੰ ਸਮਝ ਆਇਆ ਕੰਸਟਰਕਸ਼ਨ ਦਾ ਕੰਮ ਸੀ ਲੇਕਿਨ ਇਨਵੈਸਟਮੈਂਟ ਨਹੀਂ ਸੀ ਪੈਸੇ ਮੇਰੇ ਕੋਲ ਨਹੀਂ ਇੰਨੇ ਸੀ ਉਹ ਉਸਟ ਉਹਦੇ ਵਾਸਤੇ ਨਾ ਪੈਸੇ ਚਾਹੀਦੇ ਹੁੰਦੇ ਨੇ ਉਹ ਫਿਲਹਾਲ ਉਹ ਹਾਲਾਤ ਨਹੀਂ ਸੀ ਆਪਣੇ ਠੀਕ ਹੈ ਛੋਟੇ ਪੈਸੇ ਥੋੜੇ ਪੈਸੇ ਦੀ ਕੰਮ ਕਰਨਾ ਸੀ ਤੇ ਫਿਰ ਪਹਿਲੇ ਸੇਲਮੈਨਿੰਗ ਕੀਤੀ ਇੱਕ ਗਾਰਮੈਂਟ ਦੀ ਦੁਕਾਨ ਤੋਂ ਨੀਡ ਗਾਰਮੈਂਟਸ ਉਹਨਾਂ ਦਾ ਨਾਮ ਹੈ ਭਾਈ ਇਹ ਉਹਨਾਂ ਦੀ ਦੁਕਾਨ ਦਾ ਨਾਮ ਹੈ ਤੇ ਉਹਨਾਂ ਕੋਲ ਸੇਲਮੈਨਿੰਗ ਕੀਤੀ ਕੋਈ 5-7 ਮਹੀਨੇ ਉਹਨਾਂ ਕੋਲ ਕੰਮ ਕੀਤਾ ਦਿਨ ਰਾਤ ਇੱਕ ਕੀਤੀ ਉਹਨਾਂ ਦਾ ਵੇਅਰ ਹਾਊਸ ਮਾਲ ਇਹ ਉਹ ਕਿਦ ਨੂੰ ਆ ਰਹੀ ਕਰ ਰਹੇ ਨੇ ਸਾਰਾ ਕੁਝ A to Z ਸਿੱਖਿਆ ਯਾਨੀ ਕਿ ਤੁਸੀਂ ਪਹਿਲੇ ਮਜ਼ਦੂਰੀ ਕੀਤੀ ਹੈ ਮਜ਼ਦੂਰੀ ਕੀਤੀ ਮਜ਼ਦੂਰੀ ਕੀਤੀ ਉਹਦੇ ਬਾਅਦ ਫਿਰ ਉਹਨਾਂ ਨੂੰ ਉਹਨਾਂ ਨੇ ਮੈਨੂੰ ਇੱਕ ਦੁਕਾਨ ਲੱਭ ਕੇ ਦਿੱਤੀ ਕਿ ਭਾਈ ਇਹ ਤੁਹਾਡੇ ਵਾਸਤੇ ਦੁਕਾਨ ਹੈ ਤੇ ਹੁਣ ਅਸੀਂ ਫਿਰ ਉਹਨਾਂ ਚ 파ਟਨਰਸ਼ਿਪ ਕੀਤੀ ਅੱਧੇ-ਅੱਧੇ ਪੈਸੇ ਅੱਧੇ ਪੈਸੇ ਮੈਂ ਕੀਤੇ ਅੱਧੇ ਪੈਸੇ ਉਹਨਾਂ ਨੇ ਕੀਤੇ ਕਿਉਂਕਿ ਮੈਂ ਸਾਰੀ ਦੁਕਾਨ ਨਹੀਂ ਲੈ ਸਕਦਾ ਸੀ ਫਿਰ 파ਟਨਰਸ਼ਿਪ ਕੀਤੀ ਕਿ ਅੱਲਾ ਖੈਰ ਕਰੇ 2 ਸਾਲ ਸਾਡੀ 파ਟਨਰਸ਼ਿਪ ਬਹੁਤ ਅੱਛੀ ਚੱਲੀ ਉਹ ਅੱਲਾ ਵੱਲੋਂ ਹੀ ਉਹਨਾਂ ਨੇ ਕੋਈ ਦੁਕਾਨ ਵੇਚਣੀ ਪਈ ਕੋਪਲਾਜ਼ ਦਾ ਮਸਲਾ ਪਿਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜ਼ੈਨ ਭਾਈ ਤੁਸੀਂ ਬਹੁਤ ਅੱਛਾ ਚੱਲੇ ਆ ਲੇਕਿਨ ਤੁਸੀਂ ਤੁਹਾਨੂੰ ਆਪਣਾ ਕੰਮ ਕਰਨਾ ਚਾਹੀਦਾ ਹੁਣ ਜ਼ਾਤੀ ਕੰਮ ਹੋਣਾ ਮੈਂ ਕਿਹਾ ਹੁਣ ਮੈਂ ਕਿਸ ਤਰ੍ਹਾਂ ਕਰਾਂਗਾ ਮਾਲ ਕਿੱਥੋਂ ਲੈ ਕੇ ਆਵਾਂਗਾ ਕੀ ਕਰਾਂਗਾ ਕਹਿੰਦਾ ਜ਼ੈਨ ਤੂੰ ਕਰ ਜਨਾਹ ਤੇਰਾ ਕੰਮ ਕੀਤਾ ਬਹੁਤ ਅੱਛਾ ਚੱਲੇਗਾ। ਨਾਜ਼ਰੀਨ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਜਿਸ ਤਰ੍ਹਾਂ ਜ਼ੈਨਬਾਈ ਦੱਸ ਰਹੇ ਨੇ ਕਿ ਮੈਂ ਬੜਾ ਪਰੇਸ਼ਾਨ ਹੋ ਗਿਆ ਜਦੋਂ ਮੇਰੇ ਮਾਲਕ ਮੇਰੇ 파ਰਨਰ ਨੇ ਮੈਨੂੰ ਇਹ ਕਿਹਾ ਕਿ ਮੈਂ ਤੇਰੇ ਨਾਲ ਪਾਰਨਰਸ਼ਿਪ ਅਲੱਗ ਕਰਨੀ ਏ ਮੈਂ ਹੁਣ ਕੰਮ ਨਹੀਂ ਕਰਨਾ ਮੈਂ ਕੋਈ ਹੋਰ ਕਾਰੋਬਾਰ ਕਰਨ ਲੱਗਾ ਤੇ ਮੇਰੇ ਲਈ ਇਹ ਪਰੇਸ਼ਾਨੀ ਹੋ ਗਈ ਸੀ ਕਿ ਮੈਂ ਪੈਸਾ ਕਿੱਥੋਂ ਲਿਆਵਾਂ ਤੇ ਨਾਜ਼ਰੀਨ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਪੈਸਾ ਲੈਣਾ ਕਿੱਥੋਂ ਹੈ ਤੇ ਕਿਵੇਂ ਲੈਣਾ ਹੈ। ਜੀ ਅਸੀਂ ਮਾਰਕੀਟ ਗਏ ਜਾ ਪਹਿਲੇ ਦੁਕਾਨ ਲੱਭੀ ਇੱਕ ਦੁਕਾਨ ਮੈਨੂੰ ਮਿਲ ਗਈ ਮਾਸ਼ਾਅੱਲਾ ਹੁਣ ਇਹ ਜਿਹੜੀ ਦੁਕਾਨ ਹੈ ਰੈਂਟ ਰੈਂਟ ਤੇ ਮਿਲੀ ਹੈ ਲੇਕਿਨ ਬਹੁਤ ਅੱਛੀ ਕੰਮ ਕਾਫੀ ਹੋਣ ਵਾਲਾ ਸੀ ਇਹਦਾ ਕੰਮ ਕਰਾਇਆ ਠੀਕ ਹੈ ਫਿਰ ਪੈਸੇ ਮੋਗ ਗਏ ਫਿਰ ਮਾਰਕੀਟ ਗਏ ਮਾਰਕੀਟ ਨਾਲ ਹੈਲੋ ਹਾਈ ਕੀਤੀ ਕੋ ਥੋੜਾ ਬੋਤਾ ਉਧਾਰ ਮਾਲ ਲਿਆ ਫਿਰ ਕਰਦੇ ਕਰਦੇ ਸ਼ੁਕਰ ਅਲਹਮਦੁਲਿਲਾ ਸ਼ੁਕਰ ਹੁਣ 4 ਸਾਲ ਹੋ ਗਏ ਨੇ ਸਾਨੂੰ ਕਾਰੋਬਾਰ ਕਰਦੇ ਤੇ ਸ਼ੁਕਰ ਅਲਹਮਦੁਲਿਲਾ ਹੁਣ ਮਾਲ ਸਾਰਾ ਆਪਣਾ ਹਰ ਚੀਜ਼ ਹੈ ਕੰਮ ਅੱਛਾ ਸ਼ੁਕਰ ਅੰਦਰ ਦਾ ਐ ਤੁਸੀਂ ਇਕੱਲਾ ਹੀ ਬਿਜ਼ਨਸ ਕਰਦੇ ਹੋ ਇਹ ਵਾਲਾ ਹਾਂਜੀ ਮੈਂ ਇਕੱਲਾ ਕਰਦਾ ਮੇਰੇ ਨਾਲ ਛੋਟਾ ਭਾਈ ਹੁੰਦਾ ਹੈ ਦੁਕਾਨ ਤੇ ਜ਼ਿਆਦਾ ਉਹੀ ਤੇ ਉਹ ਵੀ ਬੜੇ ਲਿਖੇ ਨੇ ਨਹੀਂ ਉਹ ਸਿਰ ਉਹਨੇ ਬੈਟਰੀ ਕੀਤੀ ਹੈ ਯਾਨੀ ਕਿ ਪੜੇ ਲਿਖੇ ਹਾਂ ਜੇ ਪੜੇ ਲਿਖੇ میٹرਕ ਕੀਤਾ ਹੋਇਆ ਬਸ ਉਹਦੇ ਬਾਅਦ ਉਹਦਾ ਵੀ ਦਿਲ ਨਹੀਂ ਕੀਤਾ ਪੜਨੋ ਕਹਿੰਦਾ ਯਾਰ ਕਾਰੋਬਾਰੀ ਕਰਨਾ ਹੁਣ ਇਨਸ਼ਾਅੱਲਾ ਸਾਡਾ ਖੁਆਇਸ਼ ਹੈ ਕਿ ਇੱਕ ਦੁਕਾਨ ਸਾਡੀ ਸਿਓਰ ਲੱਭ ਰਹੇ ਆ ਤੇ ਇਨਸ਼ਾਅੱਲਾ ਇਸ ਕਾਲ ਨਾਜ਼ਰੀਨ ਸਾਡਾ ਮਕਸਦ ਇਹ ਵੀਡੀਓ ਬਣਾਉਂਦਾ ਇਹ ਨਹੀਂ ਹੈਗਾ ਕਿ ਅਸੀਂ ਇਹਨੂੰ ਪ੍ਰੋਮੋਸ਼ਨ ਕਰਨਾ ਹੈ ਜਾਂ ਅਸੀਂ ਇਹਦੇ ਤੋਂ ਪੈਸੇ ਕਮਾਣੇ ਆ ਸਾਡਾ ਮਕਸਦ ਇਹ ਹੈਗਾ ਕਿ ਜਿਹੜੇ میٹرਕ ਪਾਸ ਬੱਚੇ ਨੇ ਜਿਸ ਤਰ੍ਹਾਂ ਜ਼ੈਨ ਭਾਈ ਨੇ ਦੱਸਿਆ ਹੈ ਕਿ ਮੇਰਾ ਭਰਾ میٹرਕ ਪਾਸ ਹੈ ਔਰ ਉਹ ਮੇਰੇ ਨਾਲ ਇਸ ਕਾਰੋਬਾਰ ਦੇ ਵਿੱਚ ਮੇਰਾ ਹਿੱਸਾ ਹੈ ਮੇਰੇ ਨਾਲ ਕੰਮ ਕਰਦਾ ਹੈ ਅਸੀਂ میٹرਕ ਪਾਸ ਬੱਚੇ ਔਰ ਇੰਟਰ ਪਾਸ ਬੱਚਿਆਂ ਨੂੰ ਅਸੀਂ ਇਹ ਦੱਸਣਾ ਹੈ ਅਸੀਂ ਇਹ ਅਵੇਅਰਨੈਸ ਦੇਣੀ ਹੈ ਕਿ ਤੁਸੀਂ ਕਾਰੋਬਾਰ ਕਿਵੇਂ ਕਰਨਾ ਹੈ ਔਰ ਉਹਦੇ ਲਈ ਪੈਸੇ ਕਿਵੇਂ ਇਕੱਠੇ ਕਰਨੇ ਆ ਤੁਸੀਂ ਕੀ ਪੈਗਾਮ ਦਿਓਗੇ ਨੌਜਵਾਨ ਨਸਲ ਨੂੰ ਮੈਂ ਆਪਣੀ ਨੌਜਵਾਨ ਨਸਲ ਨੂੰ ਇਹ ਪੈਗਾਮ ਦਵਾਂਗਾ ਕਿ ਭਾਈ ਆਪਣਾ ਟਾਈਮ ਵੇਸ ਨਾ ਕਰੋ ਅਗਰ ਤੁਹਾਡੇ ਉਤੇ ਮਾਪਿਓ ਪੈਸਾ ਲਾ ਰਹੇ ਨੇ ਔਰ ਤੁਸੀਂ ਕਾਲਜ ਜਾ ਰਹੇ ਹੋ ਯੂਨੀਵਰਸਿਟੀ ਜਾ ਰਹੇ ਹੋ ਤੇ ਦਿਲ ਲਾ ਕੇ ਪੜੋ ਅਗਰ ਪੜਨਾ ਹੈ ਤੇ ਠੀਕ ਹੈ ਅਗਰ ਨਹੀਂ ਤੇ ਤੁਸੀਂ ਕੋਈ ਕੰਮ ਸਿੱਖੋ ਆਪਣਾ ਕੋਈ ਛੋਟਾ ਮੋਟਾ ਕੰਮ ਸਿੱਖੋ ਉਹਦੇ ਬਾਅਦ ਤੁਸੀਂ ਆਪ ਉਹ ਕੰਮ ਕਰੋ ਠੀਕ ਹੈ ਤੇ ਜ਼ਰੂਰੀ ਹੈ ਕਿ ਆਪਣਾ ਟਾਈਮ ਨਾ ਵੇਸ ਕਰੋ ਸਾਡੀ ਅੱਜ ਕੱਲ੍ਹ ਅਸੀਂ ਜਿਹੜੀ ਨੌਜਵਾਨ نسل ਹੈ ਉਹ ਗਲਤ ਕੰਮਾਂ 'ਚ ਜ਼ਿਆਦਾ ਪਈ ਹੋਈ ਹੈ ਲੇਕਿਨ ਉਹਨਾਂ ਦਾ ਉਧਰ ਤਵਜੂ ਨਹੀਂ ਹੈ ਕੰਮ ਤੇ ਉਹਨਾਂ ਨੂੰ ਐ ਨਹੀਂ ਪਤਾ ਕਿ ਉਹਨਾਂ ਦੇ ਮਾਪੇ ਕਿਸ ਤਰ੍ਹਾਂ ਪੈਸਾ ਕਮਾ ਕੇ ਉਹਨਾਂ ਵਾਸਤੇ ਹਲਾਲ ਕਮਾਈ ਕਰਕੇ ਤੇ ਉਹਨਾਂ ਦੀ ਫੀਸਾਂ ਭਰ ਰਹੇ ਨੇ ਅੱਛਾ ਜ਼ੈਨ ਬਾਈ ਜਿਸ ਤਰ੍ਹਾਂ ਅਗੇ ਰਮਜ਼ਾਨ ਸ਼ਰੀਫ ਆ ਰਿਹਾ ਹੈ ਔਰ ਇਸਟਰ ਆ ਰਿਹਾ ਹੈ ਤੁਸੀਂ ਜਿਹੜੇ ਤੁਹਾਡੇ ਆਣ ਵਾਲੇ ਕਸਟਮਰ ਨੇ ਉਹਨਾਂ ਨੂੰ ਤੁਸੀਂ ਐਡਰੈਸ ਕਿਵੇਂ ਸਮਝਾਓਗੇ ਸਾਡੀ ਦੁਕਾਨ ਲਾਹੌਰ 'ਚ ਹੈ ਅਕਬਰ ਚੌਕ ਦਾ ਜਿੱਦਾਂ ਤੁਸੀਂ ਇਸ਼ਾਰਾ ਕਰਾਉਸ ਕਰਨਾ ਤੇ ਨਾਲ ਹੀ ਨਾ ਕੋਟਨ ਗਾਰਮੈਂਟਸ ਦੇ ਨਾਂ ਤੇ ਦੁਕਾਨ ਹੈ 876D ਫੈਸਲਟਨ ਲਾਹੌਰ ਫੈਸਲਟਨ ਲੱਗਦਾ ਮੇਨ ਰੋਡ ਦੇ ਉੱਤੇ ਦੁਕਾਨ ਹੈ ਕੋਈ ਜ਼ਿਆਦਾ ਲੰਮਾ ਚੋੜਾ ਕੰਮ ਨਹੀਂ ਹੈ ਸਿੱਧਾ ਸੇ ਜ਼ਿਆਦਾ ਰਸਤਾ ਹੈ ਤੇ ਅੱਲਾ ਖੈਰ ਕਰੇ ਸਾਡੇ ਕਸਟਮਰ ਮਾਸ਼ਾਅੱਲਾ ਹੈ ਵੀ ਬਹੁਤ ਨੇ ਔਰ ਤੁਹਾਡੀ ਰਹਿਨਮਾਈ ਦੀ ਵਜ੍ਹਾ ਤੋਂ ਤੁਸੀਂ ਜਿਹੜਾ ਡੀਲ ਕੀਤਾ ਤੇ ਇਨਸ਼ਾਅੱਲਾ ਅੱਲਾਹ ਖੈਰ ਕਰੇ ਹੋਰ ਕਸਟਮਰ ਸਨਵਾਨਗੇ ਜ਼ੈਨ ਭਾਈ ਇੱਕ ਵਾਰੀ ਫੇਰ ਜਿਹੜਾ ਆਪਣਾ ਐਡਰੈਸ ਰਿਪੀਟ ਕਰ ਦਿਓ ਤਾਂ ਕਿ ਜਿਹੜੇ ਯੰਗ ਬੱਚੇ ਨੇ ਔਰ ਤੁਹਾਡੇ ਕਸਟਮਰ ਨੇ ਮਰਦੋ ਖਵਾਤੀਨ ਸਾਡੀਆਂ ਭੈਣਾਂ ਸਾਡੇ ਭਰਾ ਤੁਹਾਡੇ ਤੱਕ ਪਹੁੰਚ ਸਕਣ 876 ਡੀ ਫੈਸਲ ਡਾਊਨ ਲਾਹੌਰ ਨਾਜ਼ਰੀਨ ਕਟੌਨ ਗਾਰਮੈਂਟਸ 876 ਡੀ ਫੈਸਲ ਟਾਊਨ ਅਕਬਰ ਚੌਕ ਲਾਹੌਰ ਜੀ ਨਾਜ਼ਰੀਨ ਅਸੀਂ ਅੱਜ ਵਿਜ਼ਿਟ ਕਰ ਰਹੇ ਸੀ ਕਟੌਨ ਗਾਰਮੈਂਟਸ ਦੀ ਤੇ ਇਸ ਦੇ ਨਾਲ ਹੀ ਮੈਨੂੰ ਤੇ ਮੇਰੇ ਕੈਮਰਾਮੈਨ ਫਾਹਦ ਅਲੀ ਨੂੰ ਦਿਓ ਇਜਾਜ਼ਤ ਰੱਬ ਰਾਖਾ